KPS ਗਿੱਲ ਦਾ ਨਾਮ ਜ਼ੁਬਾਨ ਤੇ ਆਉਂਦਿਆਂ ਹੀ ਪੰਜਾਬ ਦਾ ਉਹ ਕਾਲਾ ਦੌਰ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਹਜ਼ਾਰਾਂ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਫਰਜ਼ੀ ਮੁਕਾਬਲਿਆਂ 'ਚ ਮਾਰਿਆ ਗਿਆ। ਅੱਤਵਾਦ ਨੂੰ ਨੱਥ ਪਾਉਣ ਦੇ ਨਾਮ ਤੇ ਬੇਕਸੂਰ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ ਗਈ ਅਤੇ ਪੰਜਾਬ ਵਿੱਚ ਅਮਨ ਬਹਾਲੀ ਲਈ KPS ਗਿੱਲ ਦੇ ਸੋਹਲੇ ਪੜਦੀਆਂ ਸਰਕਾਰਾਂ ਉਸ ਦੌਰ ਨੂੰ ਨਕਾਰ ਜਾਂਦੀਆਂ ਹਨ ਜਦੋਂ ਅਪੀਲ ਦਲੀਲ ਨਹੀਂ ਸਿਰਫ ਸਿੱਧੀ ਗੋਲੀ ਮਾਰੀ ਜਾਂਦੀ ਸੀ। ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਦਾ ਬੁੱਚੜ ਦੱਸੇ ਜਾਂਦੇ KPS ਗਿੱਲ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੌਰ ਨੂੰ ਯਾਦ ਕਰਦਿਆਂ KPS ਗਿੱਲ ਦੇ ਕਸੀਦੇ ਪੜ੍ਹੇ। ਉਸ ਦੀ ਤੁਲਨਾ ਜਰਮਨੀ ਦੇ ਕਮਾਂਡਰ ਏਰਮਿਨ ਰੋਮਨ ਨਾਲ ਕੀਤੀ। ਇਸ ਵਿਵਾਦਿਤ ਮਰਹੂਮ ਅਫਸਰ ਦੇ ਸੋਹਲੇ ਗਾਉਂਦਿਆਂ ਮੁੱਖ ਮੰਤਰੀ ਉਸ ਨੂੰ ਪੁਲਿਸ ਲਈ ਪ੍ਰੇਰਨਾ ਸਰੋਤ ਅਤੇ ਪੰਜਾਬ 'ਚ ਸ਼ਾਂਤੀ ਦਾ ਮਸੀਹਾ ਤੱਕ ਐਲਾਨ ਗਏ। ਹਾਲਾਂਕਿ ਉਹਨਾਂ ਨੇ 80 ਅਤੇ 90 ਦੇ ਦਹਾਕੇ ਦੌਰਾਨ 30,000 ਪੰਜਾਬੀਆਂ ਦੀਆਂ ਮੌਤਾਂ ਦਾ ਜ਼ਿਕਰ ਕੀਤਾ। ਫਰਜ਼ੀ ਮੁਕਾਬਲਿਆਂ 'ਚ ਮਾਰੇ ਗਏ ਸਿੱਖ ਨੌਜਵਾਨਾਂ ਨੂੰ ਸਿਰਫ ਪੰਜਾਬੀ ਦੱਸ ਕੇ ਉਹ ਖੁਦ ਸੁਰਖਰੂ ਹੋ ਗਏ, ਪਰ ਨਾਲ ਹੀ 1700 ਪੁਲਿਸ ਅਫਸਰਾਂ ਦੀ ਮੌਤ 'ਤੇ ਕੈਪਟਨ ਦੁੱਖ ਜ਼ਾਹਰ ਕਰਦੇ ਨਜ਼ਰ ਆਏ। ਪਰ ਉਹ ਇਸ ਦੌਰ ਦੌਰਾਨ ਉਹਨਾਂ ਤੱਥਾਂ ਤੋਂ ਮੁਨਕਰ ਹੋ ਗਏ ਕਿ ਇਸ ਦੌਰ ਦੌਰਾਨ ਕਿੰਨੀਆਂ ਮਾਵਾਂ ਦੀ ਕੁੱਖ ਉਜਾੜੀ ਗਈ, ਕਿੰਨਿਆਂ ਦੇ ਸਿਰ ਦੇ ਸਾਈਂ ਹਮੇਸ਼ਾ ਲਈ ਮੌਤ ਦੀ ਨੀਂਦ ਸਵਾ ਦਿੱਤੇ ਗਏ ਅਤੇ ਸਭ ਲਈ ਜ਼ਿੰਮੇਵਾਰ KPS ਗਿੱਲ ਨੂੰ ਮੰਨਿਆ ਜਾਂਦਾ ਹੈ। ਸਮਾਗਮ ਵਿੱਚ ਅੱਤਵਾਦ ਤੇ ਕੌਮਾਂਤਰੀ ਸੁਰੱਖਿਆ ਬਾਰੇ ਨਾਮੀ ਅਮਰੀਕੀ ਮਾਹਰ ਡਾਕਟਰ ਪੀਟਰ ਚਾਕ ਨੇ ਮੌਜੂਦਾ ਦੌਰ ਵਿੱਚ ਭਾਰਤ ਵਿੱਚ ਗਰਮ ਖਿਆਲੀ ਜਥੇਬੰਦੀਆਂ ਵੱਲੋਂ ਇੰਟਰਨੈਟ ਦੇ ਇਸਤੇਮਾਲ ਅਤੇ ਇਸ ਦੀਆਂ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਮੇਤ US, UK ਅਤੇ ਕੈਨੇਡਾ 'ਚ ਬੈਠੀਆਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਸਿੱਖ ਨੌਜਵਾਨਾਂ ਨੂੰ ਵਰਗਲਾ ਰਹੀਆਂ ਹਨ। ਹਾਲਾਂਕਿ KPS ਗਿੱਲ ਦੀ ਯਾਦ 'ਚ ਰੱਖੇ ਇਸ ਇਵੈਂਟ ਦੀ ਵਿਰੋਧਤਾ ਕੁਝ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ, ਪਰ ਉਹਨਾਂ ਨੂੰ ਪਹਿਲਾਂ ਹੀ ਰੋਕ ਲਿਆ ਗਿਆ। ਐਡਵੋਕੇਟ ਸੁਖਵਿੰਦਰ ਸਿੰਘ ਮੁਤਾਬਕ ਸੈਂਕੜੇ ਸਿੱਖ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਉਹਨਾਂ ਮੁਤਾਬਕ ਇਹ ਸਭ ਮਨੁੱਖੀ ਅਧਿਕਾਰ ਕਮਿਸ਼ਨ ਜਥੇਬੰਦੀ ਕੋਲ ਦਸਤਾਵੇਜ਼ੀ ਹਵਾਲਿਆਂ ਨਾਲ ਪਿਆ ਹੈ ਕਿ KPS ਗਿੱਲ ਦੀ ਅਗਵਾਈ 'ਚ ਪੰਜਾਬ 'ਚ ਫਰਜ਼ੀ ਮੁਕਾਬਲਿਆਂ ਤੇ ਹਿਰਾਸਤੀ ਕਤਲ ਕੀਤੇ ਗਏ, ਅਣਪਛਾਤੀਆਂ ਲਾਸ਼ਾਂ ਦੱਸ ਕੇ ਸਮੂਹਕ ਸੰਸਕਾਰ ਕੀਤੇ ਗਏ। ਕਈਆਂ ਦਾ ਹਾਲੇ ਵੀ ਕੋਈ ਅਤਾ ਪਤਾ ਨਹੀਂ, ਉਹ ਕਾਲਾ ਦੌਰ ਸੀ ਅਤੇ ਸਿੱਖ ਨੌਜਵਾਨਾਂ ਦੇ ਬਰਬਰਤਾ ਨਾਲ ਕਤਲਾਂ ਲਈ ਸਿੱਖ ਜਥੇਬੰਦੀਆਂ KPS ਗਿੱਲ ਵਰਗੇ ਅਫਸਰਾਂ ਨੂੰ ਜ਼ਿੰਮੇਵਾਰ ਮੰਨਦੀਆਂ ਹਨ। ਪੰਜਾਬ ਪੁਲਿਸ ਮੁਖੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਪੰਜਾਬ ਵਿੱਚ ਜੋ ਦਮਨ ਤੇ ਤਸ਼ੱਦਦ ਦਾ ਦੌਰ ਚੱਲਿਆ ਉਸ ਦੀ ਦਹਿਸ਼ਤ ਅੱਜ ਵੀ ਪੰਜਾਬੀ ਮਨਾਂ 'ਚ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਹੈ। ਬੇਸ਼ੱਕ KPS ਗਿੱਲ ਸਰਕਾਰ ਦੀ ਨਜ਼ਰ 'ਚ ਕੁਝ ਵੀ ਹੈਸੀਅਤ ਰੱਖਦਾ ਹੋਵੇ, ਪਰ ਸਿੱਖ ਹਲਕਿਆਂ 'ਚ ਉਸ ਨੂੰ ਬੁੱਚੜ ਆਫ ਪੰਜਾਬ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਜਿਸ ਤੇ KPS ਗਿੱਲ ਦੀ ਪਤਨੀ ਹੇਮ ਇੰਦਰ ਕੌਰ ਨੂੰ ਸਖ਼ਤ ਇਤਰਾਜ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਸੁਪਰ ਕੌਪ ਸੀ। 1980 ਅਤੇ 90 ਦੇ ਦੌਰ ਦੌਰਾਨ ਉਸ ਨੇ ਪੰਜਾਬ 'ਚੋਂ ਅੱਤਵਾਦ ਖਤਮ ਕੀਤਾ, ਸੋ ਕਿਰਪਾ ਕਰਕੇ ਉਸ ਦੇ ਨਾਮ ਨਾਲ ਬੁੱਚੜ ਸ਼ਬਦ ਨਾ ਜੋੜਿਆ ਜਾਵੇ। ਅਗਰ ਤੁਸੀਂ ਹਾਊਸਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਅਬੈਕਸ ਸਾਇੰਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦਾ ਤੇ ਇੱਕ ਬਹੁਤ ਹੀ ਮਿਨੀਮਮ ਫੀ ਪੇ ਕਰਕੇ ਤੁਸੀਂ ਐਜ਼ ਅ ਫਰੈਂਚਾਈਜ਼ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਪਰ ਮੰਥ ਅਰਾਊਂਡ 25,000 to 50,000 ਅਰਨ ਕਰ ਸਕਦੇ ਹੋ। ਅਬੈਕਸ ਸਾਇੰਸ ਅਕੈਡਮੀ ਪਿਛਲੇ 12 ਸਾਲ ਤੋਂ ਟੀਚਰਸ ਨੂੰ ਅਬੈਕਸ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਸਾਡੇ ਬੱਚੇ ਅਰਾਊਂਡ 112 ਵਰਲਡ ਤੇ ਨੈਸ਼ਨਲ ਰਿਕਾਰਡ ਬਣਾ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕੇ ਨੇ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।